ਸਤਿ ਸ਼੍ਰੀ ਅਕਾਲ ਜੀ, ਸਾਡੇ ਚੈਨਲ ਪੰਜਾਬੀ ਟੋਟਕੇ ਤੇ ਉਪਾ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ। ਅੱਜ ਦੀ ਵੀਡੀਓ ਵਿੱਚ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦਾ ਸਿਤੰਬਰ ਦਾ ਮਹੀਨਾ ਕਿਸ ਤਰ੍ਹਾਂ ਦਾ ਰਹੇਗਾ, ਇਹ ਪੂਰੀ ਡਿਟੇਲ ਵਿੱਚ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦੇਵਾਂਗੇ। ਤੁਹਾਡੀ ਧਨ ਦੀ ਸਥਿਤੀ, ਜੋਬ, ਕਰੀਅਰ, ਵਪਾਰ, ਫੈਮਿਲੀ ਪਰਿਵਾਰ ਦੀ ਸਥਿਤੀ, ਸਿਹਤ ਤੇ ਲਵ ਰਿਲੇਸ਼ਨ ਪੂਰੀ ਵਿਸਥਾਰ ਨਾਲ ਜਾਣਕਾਰੀ ਦੇਵਾਂਗੇ। ਉਸ ਤੋਂ ਪਹਿਲੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇਕਰ ਮੇਰੀਆਂ ਵੀਡੀਓਜ਼ ਚੰਗੀਆਂ ਲੱਗਦੀਆਂ ਹਨ ਤਾਂ ਵੀਡੀਓਜ਼ ਨੂੰ ਲਾਈਕ ਕਰਿਆ ਕਰੋ ਜੀ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਬਸਕ੍ਰਾਈਬ ਦੇ ਨਾਲ ਬੈਲ ਦਾ ਬਟਨ ਹੁੰਦਾ ਹੈ ਉਸ ਨੂੰ ਜ਼ਰੂਰ ਦਬਾਇਆ ਕਰੋ ਤੇ ਕਮੈਂਟ ਵਿੱਚ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜ਼ਰੂਰ 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 ਪ੍ਰਾਪਤ ਕਰੋ ਜੀ। ਤੇ ਸਭ ਤੋਂ ਪਹਿਲੇ ਅਸੀਂ ਇੱਥੇ ਗੱਲ ਕਰ ਲੈਂਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦਾ ਸਿਤੰਬਰ ਦੇ ਮਹੀਨੇ ਵਿੱਚ ਸਿਹਤ ਕਿਸ ਤਰ੍ਹਾਂ ਰਹੇਗੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਲਿਬਰਾ ਰਾਸ਼ੀ ਦੇ ਸਵਾਮੀ ਹਨ ਸ਼ੁਕਰ ਤੇ ਇਸ ਵੇਲੇ ਸ਼ੁਕਰ ਤੇ ਕੇਤੂ ਦੀ ਯੁਤੀ ਬਣ ਰਹੀ ਹੈ। ਸ਼ੁਕਰ ਤੇ ਕੇਤੂ ਦੀ ਯੁਤੀ ਕਈ ਵਾਰ ਅੱਛੀ ਵੀ ਹੁੰਦੀ ਹੈ, ਕਈ ਵਾਰ ਖਰਾਬ ਵੀ ਹੁੰਦੀ ਹੈ। ਤਾਂ ਇੱਥੇ ਜੋ ਸ਼ੁਕਰ ਤੇ ਕੇਤੂ ਦੀ ਯੁਤੀ ਬਣ ਰਹੀ ਹੈ ਉਸ ਦੇ ਕਾਰਨ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਸਿਹਤ ਦੇ ਵਿੱਚ ਤੁਹਾਨੂੰ ਪੇਟ ਸੰਬੰਧੀ ਪ੍ਰੋਬਲਮ ਜਾਂ ਅੱਖਾਂ ਦੀ ਸਮੱਸਿਆ, ਆਈਸਾਈਟ ਦੀ ਪ੍ਰੋਬਲਮ ਸਮੱਸਿਆ ਰਹਿ ਸਕਦੀ ਹੈ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਤੁਲਾ ਰਾਸ਼ੀ ਵਾਲਿਆਂ ਦਾ ਹੈਲਥ ਦੇ ਮਾਮਲੇ, ਸਿਹਤ ਦੇ ਮਾਮਲੇ ਵਿੱਚ ਸਿਤੰਬਰ ਦਾ ਮਹੀਨਾ ਅੱਛਾ ਨਹੀਂ ਕਿਹਾ ਜਾ ਸਕਦਾ। ਤੁਸੀਂ ਆਪਣੀ ਸਿਹਤ ਨੂੰ ਠੀਕ ਕਰਨ ਵਾਸਤੇ ਕੋਈ ਜਿਮ, ਯੋਗਾ ਜਾਂ ਐਕਸਰਸਾਈਜ਼ ਕਰਨ ਵਾਲੇ ਹੋ, ਇਸ ਤਰ੍ਹਾਂ ਦੇ ਯੋਗ ਬਣਦੇ ਵੀ ਨਜ਼ਰ ਆ ਰਹੇ ਹਨ। 5 ਸਿਤੰਬਰ ਤੋਂ ਲੈ ਕੇ 20 ਸਿਤੰਬਰ ਦੇ ਵਿੱਚ ਤੁਹਾਡੀ ਕਿਸੇ ਵਿਦੇਸ਼ੀ ਬੰਦੇ ਦੇ ਨਾਲ ਮੁਲਾਕਾਤ ਹੋਏਗੀ ਜੋ ਕਿ ਤੁਹਾਨੂੰ ਧਨ ਲਾਭ ਦਿਲਾ ਸਕਦਾ ਹੈ, ਜਾਂ ਫਿਰ ਕੋਈ ਆਪਣਾ ਪੁਰਾਣਾ ਮਿੱਤਰ ਜਿਸ ਤੋਂ ਤੁਸੀਂ ਬਹੁਤ ਸਾਲਾਂ ਤੋਂ ਉਸਨੂੰ ਮਿਲੇ ਨਹੀਂ ਹੋ, ਉਸ ਦੇ ਨਾਲ ਵੀ ਤੁਹਾਡੀ ਮੁਲਾਕਾਤ ਹੋ ਸਕਦੀ ਹੈ। ਤੇ ਨਾਲ ਦੇ ਨਾਲ ਅਸੀਂ ਤੁਹਾਨੂੰ ਦੱਸ ਦਈਏ ਕਿ ਸਿਤੰਬਰ ਦੇ ਮਹੀਨੇ ਵਿੱਚ ਤੁਹਾਨੂੰ ਸਰਪ੍ਰਾਈਜ਼ ਗਿਫਟ ਮਿਲ ਸਕਦਾ ਹੈ। ਤੁਹਾਡੇ ਜਾਣ ਪਹਿਚਾਣ ਦੇ ਲੋਕ ਜਾਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਵਾਸਤੇ ਕੋਈ ਵੱਡਾ ਗਿਫਟ ਲੈ ਕੇ ਆ ਸਕਦੇ ਹਨ ਸਿਤੰਬਰ ਦੇ ਮਹੀਨੇ ਵਿੱਚ। ਹੁਣ ਜੇ ਅਸੀਂ ਲਿਬਰਾ ਤੁਲਾ ਰਾਸ਼ੀ ਵਾਲਿਆਂ ਦੀ ਧਨ ਦੀ ਸਥਿਤੀ ਦੀ ਗੱਲ ਕਰੀਏ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਸਿਤੰਬਰ ਦੇ ਮਹੀਨੇ ਵਿੱਚ ਤੁਹਾਡੀ ਧਨ ਦੀ ਸਥਿਤੀ ਵੰਡਰਫੁਲ ਔਸਮ ਰਹਿਣ ਵਾਲੀ ਹੈ। ਰੁਕਿਆ ਹੋਇਆ ਧਨ ਸਿਤੰਬਰ ਚ ਮਿਲੇਗਾ, ਅਟਕਿਆ ਹੋਇਆ ਧਨ ਸਿਤੰਬਰ ਵਿੱਚ ਮਿਲੇਗਾ, ਸਰਕਾਰੀ ਯੋਜਨਾ ਤੋਂ ਤੁਹਾਨੂੰ ਕੋਈ ਲਾਭ ਹੋਏਗਾ ਜਾਂ ਸਰਕਾਰੀ ਲੱਕੀ ਡਰਾਅ ਵਿੱਚ ਤੁਹਾਡਾ ਨਾਮ ਆਏਗਾ, ਸਰਕਾਰੀ ਰੁਕਿਆ ਹੋਇਆ ਧਨ ਵੀ ਮਿਲਦਾ ਹੋਇਆ ਨਜ਼ਰ ਆਏਗਾ। ਖਾਸ ਤੌਰ ਤੇ 5 ਸਿਤੰਬਰ ਤੋਂ ਲੈ ਕੇ 27 ਸਿਤੰਬਰ ਦੇ ਵਿੱਚ ਇਸ ਲਾਭ ਨੂੰ ਤੁਸੀਂ ਲਾਭ ਮਿਲਦਾ ਹੋਇਆ ਤੁਹਾਨੂੰ ਨਜ਼ਰ ਆਏਗਾ। ਪਿਛਲੇ 2 ਮਹੀਨਿਆਂ ਤੋਂ ਜੋ ਅਗਸਤ ਦੇ ਮਹੀਨੇ ਵਿੱਚ ਜੋ ਤੁਹਾਡਾ ਧਨ ਖਰਚ ਹੋ ਰਿਹਾ ਸੀ, ਜ਼ਿਆਦਾ ਖਰਚੇ ਹੋ ਰਹੇ ਸੀ, ਹੈ ਨਾ, ਧਨ ਦੀ ਪ੍ਰੋਬਲਮ ਆ ਰਹੀ ਸੀ, ਉਹ ਸਮੱਸਿਆ ਦਾ ਜਿਹੜਾ ਸੀ ਉਹ ਸਮਾਧਾਨ ਤੁਹਾਨੂੰ ਸਿਤੰਬਰ ਦੇ ਮਹੀਨੇ ਵਿੱਚ ਮਿਲਦਾ ਨਜ਼ਰ ਆਏਗਾ। ਕੋਈ ਨਵੀਂ ਪਾਲਿਸੀ ਜਾਂ ਕੋਈ ਕਿਸੇ ਵੀ ਸਲਾਹ ਨਾਲ ਕੋਈ ਇਨਵੈਸਟਮੈਂਟ ਵੀ ਤੁਸੀਂ ਸਿਤੰਬਰ ਦੇ ਮਹੀਨੇ ਵਿੱਚ ਕਰ ਸਕਦੇ ਹੋ। ਕੁੱਲ ਮਿਲਾ ਕੇ ਧਨ ਦੀ ਸਥਿਤੀ ਤੁਲਾ ਰਾਸ਼ੀ ਵਾਲਿਆਂ ਦੀ ਸਿਤੰਬਰ ਦੇ ਮਹੀਨੇ ਦੀ ਬਹੁਤ ਅੱਛੀ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਤੁਲਾ ਰਾਸ਼ੀ ਵਾਲਿਆਂ ਦੀ ਪਰਿਵਾਰ ਫੈਮਿਲੀ ਦੀ। ਤਾਂ ਦੇਖੋ, ਜੋ ਲੋਕ ਰੈਂਟ ਤੇ ਰਹਿੰਦੇ ਹੈ ਯਾਨੀ ਕਿ ਕਿਰਾਏ ਦੇ ਮਕਾਨ ਤੇ ਰਹਿੰਦੇ ਹੈ, ਉਹਨਾਂ ਦਾ ਸਥਾਨ ਪਰਿਵਰਤਨ ਯਾਨੀ ਕਿ ਉਸ ਜਗ੍ਹਾ ਤੋਂ ਤੁਸੀਂ ਚੇਂਜ ਹੋ ਸਕਦਾ ਹੈ, ਪਰਿਵਰਤਨ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਨਾਲ ਆਪਣੇ ਘਰ ਦੇ ਬਾਥਰੂਮ ਦੀਆਂ ਟਾਇਲਾਂ ਵੈਲਾਂ ਜਾਂ ਛੋਟਾ ਮੋਟਾ ਕੰਮ ਤੁਸੀਂ ਆਪਣੇ ਘਰ ਦਾ ਕਰਵਾਉਣ ਵਾਲੇ ਹੋ ਸਿਤੰਬਰ ਦੇ ਮਹੀਨੇ ਵਿੱਚ। 15 ਸਿਤੰਬਰ ਤੋਂ ਲੈ ਕੇ 30 ਸਿਤੰਬਰ ਦੇ ਵਿੱਚ ਆਪਣੀ ਫੈਮਿਲੀ ਦੇ ਨਾਲ ਤੁਸੀਂ ਕਿਸੇ ਦੇ ਵਿਆਹ ਤੇ ਫੰਕਸ਼ਨ ਤੇ ਜਾਣ ਦੇ ਵੀ ਯੋਗ ਬਣਦੇ ਨਜ਼ਰ ਆ ਰਹੇ ਹਨ। ਕੁੱਲ ਮਿਲਾ ਕੇ ਫੈਮਿਲੀ ਪਰਿਵਾਰ ਵਾਸਤੇ ਸਿਤੰਬਰ ਦਾ ਮਹੀਨਾ ਬਹੁਤ ਅੱਛਾ ਹੈ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਤੁਲਾ ਰਾਸ਼ੀ ਵਾਲਿਆਂ ਦੀ ਸੰਤਾਨ ਦੇ ਬਾਰੇ ਵਿੱਚ, ਠੀਕ ਹੈ, ਭਾਵੇਂ ਉਹ ਛੋਟੀ ਸੰਤਾਨ ਹੈ ਜਾਂ ਵੱਡੀ ਸੰਤਾਨ ਹੈ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਛੋਟੀ ਸੰਤਾਨ ਦੀ, ਕਿਉਂਕਿ ਸੂਰਜ ਤੇ ਚੰਦਰਮਾ ਦੀ ਯੁਤੀ ਬਣ ਰਹੀ ਹੈ। ਇਸ ਕਰਕੇ ਦੇਖੋ ਜੀ, ਭਾਵੇਂ ਉਹਨਾਂ ਦੀ ਪੜ੍ਹਾਈ ਹੋਵੇ ਜਾਂ ਕਰੀਅਰ ਹੋਵੇ ਜਾਂ ਫਿਰ ਉਹਨਾਂ ਨੇ ਕਿਸੇ ਐਕਟੀਵਿਟੀ ਵਿੱਚ ਹਿੱਸਾ ਲਿੱਤਾ ਹੈ, ਤਾਂ ਛੋਟੀ ਸੰਤਾਨ ਨੂੰ ਇਸ ਸਿਤੰਬਰ ਦੇ ਮਹੀਨੇ ਵਿੱਚ ਕੋਈ ਮੈਡਲ ਮਿਲਦਾ ਹੋਇਆ ਵੀ ਨਜ਼ਰ ਆ ਰਿਹਾ ਹੈ, ਇਸ ਤਰ੍ਹਾਂ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ।
ਤੇ ਹੁਣ ਗੱਲ ਕਰ ਲੈਂਦੇ ਹਾਂ ਵੱਡੀ ਸੰਤਾਨ ਦੀ। ਤਾਂ ਦੇਖੋ ਜੀ, ਜੋ ਵੱਡੀ ਸੰਤਾਨ ਹੈ ਤੁਲਾ ਰਾਸ਼ੀ ਵਾਲਿਆਂ ਦੀ, ਜੋ ਕਿ 18 ਸਾਲ ਤੋਂ ਉੱਪਰ ਦੀ ਹੈ, ਉਹਨਾਂ ਦੀ ਗੱਲ ਕਰ ਰਹੇ ਹਾਂ। ਉਹਨਾਂ ਦਾ ਆਪਣੇ ਮਾਤਾ ਪਿਤਾ ਦੇ ਨਾਲ ਮਤਭੇਦ ਰਹਿਣ ਵਾਲਾ ਹੈ, ਠੀਕ ਹੈ, ਵਿਚਾਰ ਉਹਨਾਂ ਦੇ ਆਪਸ ਵਿੱਚ ਮਿਲਣਗੇ ਨਹੀਂ, ਵਾਦ ਵਿਵਾਦ ਹੋ ਸਕਦਾ ਹੈ। ਇਸ ਤੋਂ ਇਲਾਵਾ ਵੱਡੀ ਸੰਤਾਨ ਨੂੰ ਪੇਟ ਦੀ ਜਾਂ ਪੱਥਰੀ ਦੀ ਸਮੱਸਿਆ ਰਹਿ ਸਕਦੀ ਹੈ। ਇਸ ਤੋਂ ਇਲਾਵਾ ਵੱਡੀ ਸੰਤਾਨ ਦਾ ਗੱਡੀ ਤੇ ਖਰਚਾ ਜਾਂ ਗੱਡੀ ਦਾ ਚਲਾਨ ਘੱਟ ਸਕਦਾ ਹੈ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਵੱਡੀ ਸੰਤਾਨ ਜਿਹੜੀ ਕਿ 18 ਸਾਲ ਦੀ ਉਮਰ ਤੋਂ ਵੱਡੇ ਹੈ, ਉਹਨਾਂ ਵਾਸਤੇ ਸਤੰਬਰ ਦਾ ਮਹੀਨਾ ਥੋੜਾ ਅੱਛਾ ਨਹੀਂ ਹੈ। ਹੁਣ ਜੇ ਅਸੀਂ ਤੁਲਾ ਰਾਸ਼ੀ ਵਾਲਿਆਂ ਦੇ ਸਟੂਡੈਂਟਸ ਵਿਦਿਆਰਥੀਆਂ ਦੀ ਗੱਲ ਕਰੀਏ, ਤਾਂ ਦੇਖੋ ਸਤੰਬਰ ਦਾ ਮਹੀਨਾ 3 ਘਟਨਾਵਾਂ ਉਹਨਾਂ ਦੇ ਹੋਣਗੀਆਂ ਮਹੀਨੇ ਦੇ ਵਿੱਚ। ਪਹਿਲੀ ਘਟਨਾ, ਸਭ ਤੋਂ ਪਹਿਲੀ ਚੀਜ਼, ਤਾਂ ਦੇਖੋ ਜੋ ਤੁਸੀਂ ਬਹੁਤ ਦਿਨਾਂ ਤੋਂ ਜਾਂ ਬਹੁਤ ਟਾਈਮ ਤੋਂ ਕਹਿ ਸਕਦੇ ਹੋ ਆਪਣੀ ਫੈਮਿਲੀ ਤੋਂ, ਆਪਣੇ ਮਾਤਾ ਪਿਤਾ ਤੋਂ ਡਿਮਾਂਡ ਕਰ ਰਹੇ ਸੀ ਕਿ ਇਹ ਚੀਜ਼ ਮੈਨੂੰ ਚਾਹੀਦੀ ਹੈ ਚਾਹੀਦੀ ਹੈ, ਤਾਂ ਉਹ ਤੁਹਾਡੀ ਚੀਜ਼ ਹੋ ਸਕਦਾ ਹੈ ਤੁਹਾਨੂੰ ਸਤੰਬਰ ਦੇ ਮਹੀਨੇ ਵਿੱਚ ਮਿਲ ਜਾਏਗੀ, ਉਹ ਇੱਛਾ ਤੁਹਾਡੀ ਪੂਰੀ ਹੁੰਦੀ ਨਜ਼ਰ ਆ ਰਹੀ ਹੈ। ਦੂਸਰਾ, ਤੁਹਾਨੂੰ ਆਪਣੇ ਖਾਣ ਪੀਣ ਤੇ ਸਤੰਬਰ ਦੇ ਮਹੀਨੇ ਵਿੱਚ ਬਹੁਤ ਧਿਆਨ ਰੱਖਣਾ ਹੈ, ਕਿਉਂਕਿ ਪੇਟ ਦਰਦ ਤੇ ਫੂਡ ਪੋਇਜ਼ਨਿੰਗ ਦਾ ਯੋਗ ਬਣਦਾ ਨਜ਼ਰ ਆ ਰਿਹਾ ਹੈ। ਤੀਸਰੇ ਨੰਬਰ ਤੇ, ਆਪਣੇ ਦੋਸਤਾਂ ਦੇ ਨਾਲ ਕਿਧਰੇ ਘੁੰਮਣ ਜਾਣ ਦਾ ਤੁਹਾਡਾ ਪ੍ਰੋਗਰਾਮ ਬਣ ਸਕਦਾ ਹੈ ਇਸ ਸਤੰਬਰ ਦੇ ਮਹੀਨੇ ਵਿੱਚ, ਤਾਂ ਸਤੰਬਰ ਦਾ ਮਹੀਨਾ ਵਿਦਿਆਰਥੀਆਂ ਵਾਸਤੇ ਅੱਛਾ ਨਜ਼ਰ ਆ ਰਿਹਾ ਹੈ। ਹੁਣ ਗੱਲ ਕਰ ਲੈਂਦੇ ਹਾਂ ਉਹਨਾਂ ਦੀ ਜੋ ਨੌਕਰੀ ਕਰਦੇ ਹਨ, ਜੌਬ ਕਰਦੇ ਹਨ, ਭਾਵੇਂ ਉਹ ਪ੍ਰਾਈਵੇਟ ਜੌਬ ਕਰਦੇ ਹਨ ਜਾਂ ਸਰਕਾਰੀ ਨੌਕਰੀ ਕਰਦੇ ਹਨ, ਗੌਰਮੈਂਟ ਜੌਬ ਕਰਦੇ ਹਨ, ਤਾਂ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ 3 ਘਟਨਾਵਾਂ ਤੁਹਾਡੀ ਸਤੰਬਰ ਦੇ ਮਹੀਨੇ ਵਿੱਚ ਹੋਣ ਵਾਲੀਆਂ ਹਨ। ਯਾਨੀ ਕਿ ਤੁਹਾਨੂੰ ਸਮਝ ਜਾਓ ਕਿ 4 ਚਾਂਦ ਤੁਹਾਡੀ ਨੌਕਰੀ ਵਿੱਚ ਜਾਂ ਤੁਹਾਡੇ ਇਹ ਜੋ ਘਟਨਾਵਾਂ ਹੋਣਗੀਆਂ ਉਹਦੇ ਵਿੱਚ ਲੱਗਣ ਵਾਲੇ ਹਨ। ਨੰਬਰ 1 ਤੇ ਆਫਿਸ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਹੋ ਜਾਂ ਤੁਸੀਂ ਸੇਲ ਵਿੱਚ ਹੋ, ਤਾਂ ਨੰਬਰ 1 ਤੇ ਤੁਹਾਡੀ ਪਰਫਾਰਮੈਂਸ ਰਹੇਗੀ, ਸੇਲ ਬਹੁਤ ਅੱਛੀ ਹੋਏਗੀ, ਕੋਈ ਨਵਾਂ ਪ੍ਰੋਜੈਕਟ ਤੁਹਾਨੂੰ ਮਿਲ ਸਕਦਾ ਹੈ, ਤੇ ਨਾਲ ਕੋਈ ਨੌਕਰੀ ਦੇ ਅੰਦਰ ਤੁਹਾਨੂੰ ਕੋਈ ਅੱਛੀ ਡੀਲ ਵੀ ਮਿਲ ਸਕਦੀ ਹੈ। ਹਾਈ ਪਰਫਾਰਮੈਂਸ ਰਹੇਗੀ ਸਤੰਬਰ ਦੇ ਮਹੀਨੇ ਵਿੱਚ, ਕਿਉਂਕਿ ਵਿਪਰੀਤ ਰਾਜਯੋਗ ਬਣ ਰਿਹਾ ਹੈ, ਇਸ ਕਰਕੇ ਲੱਕ ਵੀ ਤੁਹਾਡਾ ਪੂਰਾ ਸਾਥ ਦੇਗਾ। ਜਿਨ੍ਹਾਂ ਲੋਕਾਂ ਨੇ ਅਪਲਾਈ ਕੀਤਾ ਹੋਇਆ ਹੈ ਨੌਕਰੀ ਵਾਸਤੇ, ਉਹਨਾਂ ਨੂੰ ਬਹੁਤ ਹੀ ਵਧੀਆ ਉੱਥੋਂ ਦੀ ਲੈਟਰ ਆ ਸਕਦਾ ਹੈ, ਇਹਦਾ ਮਤਲਬ ਆਫਰ ਲੈਟਰ ਵੀ ਤੁਹਾਨੂੰ ਆ ਸਕਦਾ ਹੈ। ਸਤੰਬਰ ਦਾ ਮਹੀਨਾ ਜੌਬ ਕਰਨ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਹੈ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਵ ਰਿਲੇਸ਼ਨਸ਼ਿਪ ਦੀ, ਠੀਕ ਹੈ, ਭਾਵੇਂ ਉਹ ਪ੍ਰੇਮੀ ਪ੍ਰੇਮਿਕਾ ਹਨ ਜਾਂ ਹਸਬੈਂਡ ਵਾਈਫ ਹਨ। ਸਭ ਤੋਂ ਪਹਿਲੇ ਅਸੀਂ ਲਵ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਜੋ ਬੋਏਫ੍ਰੈਂਡ ਗਰਲਫ੍ਰੈਂਡ ਹੈ ਉਹਨਾਂ ਦਾ ਜੋ ਪਾਰਟਨਰ ਹੈ ਉਹਨਾਂ ਦਾ ਜਾਂ ਤਾਂ ਸਥਾਨ ਪਰਿਵਰਤਨ ਹੋ ਸਕਦਾ ਹੈ, ਕਹਿਣ ਦਾ ਮਤਲਬ ਇੱਕ ਮਕਾਨ ਤੋਂ ਦੂਜੇ ਮਕਾਨ ਵਿੱਚ ਜਾ ਸਕਦੇ ਹਨ, ਜਾਂ ਉਹਨਾਂ ਦਾ ਲੰਬੀ ਯਾਤਰਾ ਦਾ ਪ੍ਰੋਗਰਾਮ ਬਣ ਸਕਦਾ ਹੈ, ਦੋਨਾਂ ਵਿੱਚੋਂ ਇੱਕ ਚੀਜ਼ ਤੁਹਾਡੇ ਪਾਰਟਨਰ ਨਾਲ ਹੋ ਸਕਦੀ ਹੈ। ਅਚਾਨਕ ਹੀ ਕੋਈ ਕਿਸੇ ਯਾਤਰਾ ਦਾ ਪ੍ਰੋਗਰਾਮ ਵੀ ਤੁਹਾਡਾ ਬਣ ਸਕਦਾ ਹੈ ਤੁਹਾਡੇ ਪਾਰਟਨਰ ਦਾ। ਇਸ ਤੋਂ ਇਲਾਵਾ ਜਾਂ ਤਾਂ ਗੱਡੀ ਤੇ ਖਰਚਾ ਆ ਸਕਦਾ ਹੈ ਜਾਂ ਮੋਬਾਈਲ ਨੂੰ ਠੀਕ ਕਰਾਉਣ ਦਾ ਖਰਚਾ ਵੀ ਆ ਸਕਦਾ ਹੈ। ਇਸ ਤਰ੍ਹਾਂ ਕਹਿ ਸਕਦੇ ਹੋ ਕਿ ਜੋ ਲਵ ਕਪਲ ਹੈ ਉਹਨਾਂ ਦਾ ਸਤੰਬਰ ਦਾ ਮਹੀਨਾ ਅੱਛਾ ਕਹਿ ਸਕਦੇ ਹੋ। ਹੁਣ ਜੇ ਆਪਾਂ ਗੱਲ ਕਰ ਲੈਂਦੇ ਹਾਂ ਹਸਬੈਂਡ ਵਾਈਫ ਜੋ ਕਿ ਆਲਰੇਡੀ ਮੈਰਿਡ ਹਨ, ਤਾਂ ਦੇਖੋ ਜੀ ਤੁਹਾਡੇ ਪਾਰਟਨਰ ਨੂੰ ਹੈਲਥ ਇਸ਼ੂ, ਸਿਹਤ ਸੰਬੰਧੀ ਸਮੱਸਿਆ ਥੋੜੀ ਰਹਿ ਸਕਦੀ ਹੈ, ਕੰਧੇ ਦੁੱਖਣ ਦੀ ਸਮੱਸਿਆ, ਹੱਥ ਦੁੱਖਣ ਦੀ ਸਮੱਸਿਆ ਰਹਿ ਸਕਦੀ ਹੈ। ਇਸ ਤੋਂ ਇਲਾਵਾ ਜੋ ਪਾਰਟਨਰ ਹੈ ਆਪਣੇ ਮਾਤਾ ਪਿਤਾ ਸੰਬੰਧੀ ਜਾਂ ਆਪਣੀ ਫੈਮਿਲੀ ਨਾਲ ਸੰਬੰਧੀ ਤੁਹਾਨੂੰ ਕੋਈ ਖੁਸ਼ਖਬਰੀ ਸੁਣਾ ਸਕਦਾ ਹੈ। ਕਿਧਰੇ ਆਪਣੇ ਪਾਰਟਨਰ ਦੇ ਨਾਲ ਤੁਸੀਂ ਧਾਰਮਿਕ ਯਾਤਰਾ ਤੇ ਜਾ ਸਕਦੇ ਹੋ ਜਾਂ ਮੰਦਿਰਾਂ ਜਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਜਾ ਸਕਦੇ ਹੋ। ਤੁਹਾਡਾ ਪਾਰਟਨਰ ਇਕਦਮ ਪਾਠ ਪੂਜਾ ਵਿੱਚ ਬਿਜ਼ੀ ਰਹਿਣ ਵਾਲਾ ਹੈ, ਭਾਵੇਂ ਤੁਹਾਡੇ ਹਸਬੈਂਡ ਵਾਈਫ ਹੋ ਜਾਂ ਪ੍ਰੇਮੀ ਪ੍ਰੇਮਿਕਾ ਹੋ, ਤੁਹਾਡਾ ਸਤੰਬਰ ਦਾ ਮਹੀਨਾ ਬਹੁਤ ਅੱਛਾ ਹੈ। ਬਸ ਹੈਲਥ ਦੇ ਥੋੜੇ ਇਸ਼ੂ ਰਹਿ ਸਕਦੇ ਹਨ। ਹੁਣ ਗੱਲ ਕਰ ਲੈਂਦੇ ਹਾਂ ਵਪਾਰੀਆਂ ਦੀ, ਤੁਲਾ ਰਾਸ਼ੀ ਵਾਲਿਆਂ ਦੀ। ਤਾਂ ਦੇਖੋ ਤੁਲਾ ਰਾਸ਼ੀ ਵਾਲੇ ਭਾਵੇਂ ਆਪਣਾ ਦੁਕਾਨ ਹੈ, ਸ਼ੋਰੂਮ ਹੈ ਜਾਂ ਆਪਣੀ ਫੈਕਟਰੀ ਹੈ, ਤਾਂ ਸਤੰਬਰ ਦੇ ਮਹੀਨੇ ਵਿੱਚ 3 ਚੀਜ਼ਾਂ ਹੋਣ ਵਾਲੀਆਂ ਹਨ ਤੁਹਾਡੇ ਵਪਾਰੀਆਂ ਦੇ ਨਾਲ।
ਪਹਿਲਾਂ ਕੁਝ ਨਵੇਂ ਕੰਮ ਦੇ ਬਾਰੇ ਤੁਸੀਂ ਸੋਚੋਗੇ, ਕੁਝ ਨਵੇਂ ਕੰਮ ਦੇ ਤੁਹਾਨੂੰ ਆਫਰ ਆਣਗੇ, ਇਸ ਤਰ੍ਹਾਂ ਦਾ ਦਿਖਾਈ ਦੇ ਰਿਹਾ ਹੈ। ਦੂਜਾ, ਵਿਦੇਸ਼ ਤੋਂ ਤੁਹਾਨੂੰ ਕੋਈ ਕੰਮ ਮਿਲ ਸਕਦਾ ਹੈ ਜਾਂ ਫਿਰ ਵਿਦੇਸ਼ੀ ਜਿਹੜੀਆਂ ਬ੍ਰਾਂਡਡ ਕੰਪਨੀਆਂ ਹਨ ਉਸ ਦੇ ਨਾਲ ਤੁਹਾਡਾ ਟਾਈ ਅਪ ਹੋ ਸਕਦਾ ਹੈ। ਕਹਿਣ ਦਾ ਮਤਲਬ, ਜਿਹੜੀ ਵਿਦੇਸ਼ੀ ਉਹ ਕੰਪਨੀਆਂ ਹੋਣਗੀਆਂ ਉਹ ਤੁਹਾਡੇ ਨਾਲ ਕੰਮ ਕਰਨ ਵਿੱਚ ਇੰਟਰਸਟਿੰਗ ਹੋਣਗੀਆਂ। ਸਿਤੰਬਰ ਦੇ ਮਹੀਨੇ ਵਿੱਚ ਕਾਫੀ ਤੁਹਾਡੀਆਂ ਮੀਟਿੰਗਾਂ ਹੋਣ ਵਾਲੀਆਂ ਹਨ, ਨਵਾਂ ਕੰਮ ਸਿੱਖਣ ਤੁਹਾਨੂੰ ਮਿਲੇਗਾ। ਤੀਜੇ ਨੰਬਰ ਤੇ ਤੁਹਾਡਾ ਥੋੜਾ ਜਿਹਾ ਖਰਚਾ ਹੋਏਗਾ, ਆਪਣੀਆਂ ਮਸ਼ੀਨਾਂ ਦੇ ਉੱਤੇ ਖਰਚਾ ਹੋ ਸਕਦਾ ਹੈ ਜਾਂ ਸੋਫਟਵੇਅਰ ਤੇ ਤੁਸੀਂ ਖਰਚਾ ਕਰ ਸਕਦੇ ਹੋ। ਕੁੱਲ ਮਿਲਾ ਕੇ ਤੁਸੀਂ ਕਹਿ ਸਕਦੇ ਹੋ ਕਿ ਵਪਾਰੀਆਂ ਦੇ ਲਈ ਸਿਤੰਬਰ ਦਾ ਮਹੀਨਾ ਕਾਫੀ ਅੱਛਾ ਰਹੇਗਾ, ਤੁਹਾਡੇ ਵਪਾਰ ਵਿੱਚ ਕਾਫੀ ਤੇਜ਼ੀ ਨਜ਼ਰ ਆਏਗੀ। ਤੇ ਲਿਬਰਾ ਰਾਸ਼ੀ ਵਾਲਿਆਂ ਨੂੰ, ਤੁਲਾ ਰਾਸ਼ੀ ਵਾਲਿਆਂ ਨੂੰ ਮੈਂ ਅੰਤ ਵਿੱਚ ਦੱਸ ਦੇਵਾਂ ਕਿ ਜੇਕਰ ਤੁਹਾਡਾ ਕੋਈ ਸਰਕਾਰੀ ਕੰਮ ਰੁਕਿਆ ਹੋਇਆ ਹੈ ਜਾਂ ਤੁਹਾਡਾ ਕੇਸ ਮੁਕਦਮਾ ਚੱਲ ਰਿਹਾ ਹੈ ਤਾਂ ਸ਼ਤਰੂਆਂ ਦੁਸ਼ਮਣਾਂ ਤੇ ਤੁਹਾਨੂੰ ਜਿੱਤ ਪ੍ਰਾਪਤ ਹੋਏਗੀ ਸਿਤੰਬਰ ਦੇ ਮਹੀਨੇ ਵਿੱਚ। ਇਸ ਦੇ ਨਾਲ ਨਾਲ ਤੁਸੀਂ ਸਿਤੰਬਰ ਦੇ ਮਹੀਨੇ ਵਿੱਚ ਆਪਣੀ ਕੋਈ ਗੱਡੀ ਖਰੀਦ ਸਕਦੇ ਹੋ ਜਾਂ ਕੋਈ ਨਵਾਂ ਮੋਬਾਈਲ ਖਰੀਦ ਸਕਦੇ ਹੋ, ਇਸ ਤਰ੍ਹਾਂ ਦੇ ਵੀ ਯੋਗ ਬਣਦੇ ਨਜ਼ਰ ਆ ਰਹੇ ਹਨ। ਤੋ ਐਸੀ ਸਿਤੰਬਰ ਦੇ ਮਹੀਨੇ ਦਾ ਤੁਲਾ ਰਾਸ਼ੀ ਵਾਲਿਆਂ ਦਾ ਰਾਸ਼ੀਫਲ, ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਤਾਂ ਮੈਨੂੰ ਆਪਣਾ ਕਮੈਂਟ ਵਿੱਚ ਫੀਡਬੈਕ ਜ਼ਰੂਰ ਦੇਣਾ ਜੀ। ਤੇ ਚਲੋ ਜੀ, ਹੁਣ ਮੈਨੂੰ ਇਜਾਜ਼ਤ ਦਿਓ, ਮਿਲਦੀ ਹਾਂ ਅਗਲੀ ਵੀਡੀਓ ਵਿੱਚ, ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ।